Appreciate it. ਜਵਾਈ ਬਣਨ ਵਾਲਾ ਸੀ ਸਾਡੇ ਚੰਗੇ ਸਰ ਮੈਂ ਪਿਆ ਹੀ ਆਪਣਾ ਜਵਾਈ ਚੁਕੋ ਸਲਾਮੀਆਂ ਪੈਣ ਦੀ ਬਜਾਏ ਛਾਪੇ ਪੈਣ ਲੱਗ ਪਏ ਮੇਰਾ ਪਿਓ ਪੁੱਤਰ ਵਿਆਹੁਣ ਗਿਆ ਤਾਏ ਦਾ ਮੰਗ ਪਤਾ ਖੇਲ ਦਾ ਫੜਿਆ ਗਿਆ 3 ਹਫ਼ਤੇ ਅੰਦਰ ਰਹਿ ਕੇ ਆਇਆ ਹਰਾਉਂਦੇ ਕਰਤੂਤ ਨੂੰ ਪਾਣੀ ਨਾ ਮੁੱਕੇ ਇੰਨਾ ਪਾਣੀ ਪਿਆ ਮੇਰੀ ਜੰਜ ਤੇ ਪੈਂਚਰ ਨਾ ਦਿਖਾਉਣ ਲੱਗ ਪਏ ਮੇਰੀ ਫੁੱਫੀ ਬੁਲਬੁਲੇ ਕੱਢ ਗਈ ਫਿਰ ਸੱਤ
ਥੋੜੇ ਵਿੱਚ ਇੱਕ ਬੋਟੀ ਬੋਟੀ ਸੁੱਟੀ ਬੋਟੀ ਖੜਕਾ ਕੇ ਪੁੱਛਣ ਦੇਖ ਬੋਟੀ ਤੇਰੇ ਚਾਹ ਅੱਛਾ ਤੇਰੇ ਬਾਹਰ ਟੰਗ ਕੇ ਵਿੱਚੋਂ ਬੋਟੀ ਫੜੀ ਪਲੇਟ ਚ ਪਾ ਕੇ ਮੈਨੂੰ ਬੜਾਈ ਉਤੋਂ ਛੋਰਾ ਪਾ ਕੇ ਟਾਲੀਆ ਥੱਲੇ ਜੰਜ ਬੈਠੀ ਮੈਂ ਰੋਟੀ ਰੱਖ ਕੇ ਬੈਠਾ ਇਧਰੋਂ ਕੁੱਤਾ ਆਇਆ ਬੋਟੀ ਲੈ ਕੇ ਐਨੋਂ ਨਿਕਲ ਗਿਆ ਉਹਦੇ ਨਾਲ ਤੈਅ ਕਰ ਦਿੱਤਾ ਤੈਨੂੰ ਤੇ ਖੁਸ਼ੀ ਮਨਾਉਣੀ ਚਾਹੀਦੀ ਹੈ ਉਹਦੇ ਨਾਲ ਰਿਸ਼ਤਾ ਤੈਅ ਕਰ ਦਿੱਤਾ ਆਹੋ ਚਲੋ ਇਹ ਤਾਂ ਗੱਲ ਖੁਸ਼ੀ ਵਾਲੀ ਲੇਕਿਨ ਤੁਹਾਡਾ ਦੱਸਣਾ ਤਾਂ ਫਰਜ਼ ਬਣਦਾ ਸੀ ਕਿ ਨਹੀਂ ਭਾਜੀ ਕੀ ਹੋ ਕੀ ਗਿਆ ਹਜੇ ਕਿਹੜਾ ਕੋਈ ਦਿਨ ਦੇ ਪਿਆ ਮੈਨੂੰ ਗੱਲ ਨਾ ਕੋਈ ਬਾਤ ਮੇਰੇ ਲੋਕ ਘੰਟੇ ਦੇ ਕੁੜੀ ਜੇ ਮੈਨੂੰ ਕੀ ਅੱਜ ਕੁੜੀ ਵਿਆਹਣ ਲੱਗੇ ਆ ਅੱਜ ਕੁੜੀ ਵਿਆਹਣ ਲੱਗੇ ਤੁਸੀਂ ਗੁੱਸੇ ਕਰਨ ਦੇ ਅੱਗੇ ਜਿਹੜਾ ਤਿੰਨ ਵਾਰੀ ਦੌੜੀ ਆ ਉਦੋਂ ਕੋਈ ਗੁੱਸਾ ਨਹੀਂ ਕੀਤਾ ਤੁਸੀਂ ਬਾਤ ਗਈ ਸੀ ਮੈਂ ਇਹਦਾ ਕਾਹਦਾ ਗੁੱਸਾ ਅੱਛਾ ਤੂੰ ਇਹ ਦੱਸ ਐ ਵੀ ਚੰਗਾ ਤੂੰ ਖੈਰ ਸਲਾਹ ਨਾਲ ਪਹੁੰਚ ਗਿਆ ਉਹ ਮੇਰੀ ਬੱਚੀ ਕਿੱਥੇ ਆ ਧੀ ਮੇਰੀ ਉਹ ਤੇ 3 ਦਿਨ ਪਹਿਲਾਂ ਆ ਗਈ ਹੈ 3 ਦਿਨ ਪਹਿਲੇ ਆਹ ਕਹਿੰਦੀ ਜੀ ਮੈਂ ਆਪਣੀ ਭੈਣ ਦੇ ਵਿਆਹ ਦੀਆਂ ਤਿਆਰੀਆਂ ਕਰਨੀਆਂ ਮੈਨੂੰ ਪਹਿਲਾਂ ਜਾਣ ਦਿਓ ਮੈਂ ਭੇਜ ਦਿੱਤਾ ਮੈਂ ਤਾਂ ਧੁੰਨਾਂ ਦੇ ਦਿਨਾਂ ਬਾਜ਼ਾਰੀ 'ਚ ਕੱਟ ਕੇ ਆਇਆ ਉਹ ਤੇ ਅਜੇ ਤੱਕ ਪਹੁੰਚੀ ਨਹੀਂ ਕਿੱਥੇ ਨਹੀਂ ਪਹੁੰਚੀ ਅੱਛਾ ਲੱਗਦਾ ਤੂੰ ਮੇਰੀ ਕੁੜੀ ਮਾਰ ਦਿੱਤੀ ਹੈ ਓਏ ਹਾਂਜੀ ਤੂੰ ਪਹਿਲੇ ਵੀ ਉਹਦੇ ਤੇ ਤਜ਼ਾਬ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਮੈਂ ਇਸ ਲਈ ਪਾਇਆ ਸੀ ਉਹਦੇ ਡੱਕਾ ਲੱਗਾ ਸੀ ਮੈਂ ਕਿਹਾ ਤਜ਼ਾਬ ਪਾਉ ਡੱਕਾ ਖੁੱਲ ਜਾਣਾ ਤੇ ਪਾਣੀ ਨਿਕਲ ਜਾਗਾ ਸਾਰਾ ਉਹ ਤੂੰ ਮੇਰੀ ਬੱਚੀ ਮਾਰੀ ਪਹਿਲੇ ਵੀ 2 ਵਾਰੀ ਮਸ਼ੀਨ ਚਾਰਜ ਕੀਤੀ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆਹ ਤੁਹਾਡੀ ਬੱਚੀ ਉਹ ਬੱਚੀ ਮਾਰਦੀ ਮਾਰਦੀ ਉਹ ਕੁੜੀਏ ਓਏ ਨਾ ਤੇਰੀ ਭੈਣ ਮਾਰਦੀ ਰੋਟੀ ਪਾਣੀ ਖਾ ਕੇ ਨਾ ਇੱਕ ਵਾਰੀ ਮੈਂ ਫੇਰ ਮਾਰੀ ਸਿੱਧੀ ਜਿਹੜੀ ਗੱਲ ਝੂਠ ਨਹੀਂ ਬੋਲਣਾ ਹਾਂਜੀ ਹਾਂਜੀ ਤੇ ਰਾਤ ਨੂੰ ਉਹ ਮੈਨੂੰ ਕਹਿੰਦੀ ਰਹੀ ਮੈਨੂੰ ਮਾਰ ਮੇਰੇ ਕੋਲ ਨਹੀਂ ਸੀ ਹਿੰਮਤ ਫਿਰ ਮੈਂ ਉੱਠਿਆ ਮੈਂ ਹੌਸਲਾ ਕੀਤਾ ਲੰਮੇ ਲੰਮੇ ਸਾਹ ਲੈ ਇੱਕ ਵਾਰੀ ਫੇਰ ਮਾਰੀ ਭਾਈ ਜੀ ਉਦੋਂ ਮੈਨੂੰ ਪਤਾ ਸੀ ਜੇ ਮੈਂ ਨਾ ਮਾਰੀ ਤੁਹਾਡਾ ਫੋਨ ਆ ਜਾਣਾ ਉਹ ਤੂੰ
ਨਹੀਂ ਮਾਰਨ ਡਿਆ ਤੂੰ ਸੁੱਕਦਾ ਕਿਹੜੇ ਟਾਈਮ ਹੋਏਗਾ। ਮੈਂ ਮੇਰੇ ਨੂੰ ਬਦਤਮੀਜ਼ੀ ਨਾ ਕਰੇ।